मैं मर जाया उधर है ना, मैं देख क्या होगा क्योंकि भाई नू आप जाऊँ दे जी तो मिल नहीं सके बहुत ना गल्ला कर दो सुखमन चोला बाई का ये बुत बाई नू जाऊँ दे जी कदे मिलने का मौका नहीं मिले। सो कबड्डी का प्लेयर ये उन्होंने डेट ऑफ बर्थ सी 27 साल की एज के उन्हां दी डेथ हुई। कबड्डी का हरजीत बाजा खाना एन जमा गरजीतू तवंग उंगल खड़ी करता सी भाई भी। मैं एक दो मैच जरूर वेखिया बिट्टू दगाल दे नाल इन्हां दे क्योंकि बिट्टू अपना यार सी भरा सी एन जमा जिहड़े बंदे ने बुत बनाया भाई जमा ही डिट्टो करता जिउंदा जागदा। सो अज दे भाजी नाल भी मिलन दी कोशिश करांगे जे आपां नूं मिलदे आ जन्मदिन पिंड सुखमन ने मनाया नजर ही लगी कबड्डी नूं बिट्टू दगाल भी तुर गया है ਹੁਣ ਸਾਡੇ ਕੋਲ ਇਸ ਰੂਪ ਦੇ ਵਿੱਚ ਬਾਈ ਬਿੱਟੂ ਦਗਾਲ ਹੈ ਕਿਤਾਬੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਸੁਖਮਨ ਬਾਈ ਦੀ ਵੀ ਕਦੇ ਜ਼ਿੰਦਗੀ 'ਚ ਕਿਤਾਬ ਲਿਖਾਂਗੇ ਜੇ ਸਾਨੂੰ ਕਦੇ ਮੌਕਾ ਮਿਲਿਆ ਅਤੇ ਇੱਦਾਂ ਦੋਵਾਂ ਭਰਾਵਾਂ ਦੀ ਚੜ੍ਹਤ ਵੀ ਵਧੀ ਗਿਆ ਸੀ ਹੈ ਨਾ। ਸੁਖਮਨ ਨਾਲ ਤੁਹਾਡੀ ਕੋਈ ਸਾਂਝ ਹੋਵੇ ਮਤਲਬ ਕੋਈ ਗੱਲ ਹੋਵੇ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ? ਸਰ ਜੀ ਆਪਣਾ ਨਾ ਇਹ ਪਰਿਵਾਰ ਨਾਲ ਹੀ ਇੱਕ ਨਾ ਮਤਲਬ ਦਿਲੀ ਸਾਂਝ ਸੀ। ਪਰਿਵਾਰ ਸਾਡਾ ਆਉਣਾ ਜਾਣਾ ਬਹੁਤ ਜ਼ਿਆਦਾ ਵਾ, ਦੁੱਖ ਦੇ ਸੁੱਖ ਦੇ ਆਈਦਾ ਵਾ ਤੇ ਬਾਕੀ ਸੁਖਮਨ ਨਾਲ ਬਹੁਤ ਜ਼ਿਆਦਾ ਸੀਗਾ। ਉਹਦਾ ਜਿੰਨੀ ਮੰਨ ਲਓ ਦੀ ਤਾਰੀਫ ਕਰ ਲਈ, ਜਿੰਨੀ ਉਹਦੀ ਸਲੋਤ ਕਰ ਲਈ ਉਨੀ ਥੋੜ੍ਹੀ ਆ ਬੰਦੇ ਦੀ। ਉਹਦਾ ਸੂਰਜ ਨੂੰ ਇੱਕ ਦੀਵਾ ਦਿਖਾਉਣ ਵਾਲੀ ਗੱਲ ਆ, ਜੋ ਕਰ ਗਿਆ ਉਹ ਕਰ ਗਿਆ। ਮੈਂ ਤੁਹਾਨੂੰ ਪਹਿਲਾਂ ਬੁੱਤ ਦਿਖਾਇਆ ਸੀ ਭਾਅ ਜੀ ਦਾ ਸੁਖਮਨ ਬਾਈ ਜੀ ਦਾ, ਅਤੇ ਜਿਸ ਤਰ੍ਹਾਂ ਅਤੇ ਹੁਣ ਉਹਨਾਂ ਦੇ ਆਪਾਂ ਪਿਤਾ ਜੀ ਨਾਲ ਅਤੇ ਉਹਨਾਂ ਦੇ ਛੋਟੇ ਭਰਾ ਨਾਲ ਮਿਲਣ ਜਾ ਰਹੇ ਹਾਂ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ। ਅਤੇ ਭਾਅ ਜੀ ਮਤਲਬ ਵੀ ਜਦੋਂ ਅਸੀਂ ਉਹ ਬੁੱਤ ਵੇਖਿਆ ਤਾਂ ਮੈਨੂੰ ਇੱਦਾਂ ਲੱਗਿਆ ਜਿਵੇਂ ਅੱਜ ਵੀ ਉਹ ਬੰਦਾ ਸਾਡੇ 'ਚ ਜਿਉਂਦਾ ਹੋਵੇ, ਕਿਉਂਕਿ ਬੁੱਤ ਵਾਲੇ ਨੇ ਬੜੀ ਕਾਰੀਗਰੀ ਕੀਤੀ ਹੈ ਨਾ, ਅਤੇ ਬਹੁਤ ਅੱਛਾ ਉਹਨਾਂ ਨੇ ਬਣਾਇਆ। ਅਤੇ ਤੁਹਾਨੂੰ ਕੀ ਲੱਗ ਰਿਹਾ ਅੱਜ ਦੀ ਜਿਹੜੇ ਤੁਸੀਂ ਅੱਜ ਜਿਹੜੇ ਨਵੇਂ ਜਵਾਨ ਮੁੰਡੇ ਆ ਜਾਂ ਤੁਸੀਂ ਉਹਨਾਂ ਨੂੰ ਵਿੱਚ ਦੀ ਕੀ ਦੇਖ ਰਹੇ ਹੋ ਜੀ ਕਬੱਡੀ ਬਾਰੇ? ਨਵੇਂ ਬੱਚੇ ਸਾਰੇ ਆਪਾਂ ਆਪਣੇ ਬੱਚਿਆਂ ਕੋਈ ਸਮਝਦੇ ਸਾਰਿਆਂ ਨੂੰ ਜੀ ਜੀ ਜਿੰਨੇ ਹੁਣ ਤੁਸੀਂ ਅੱਜ ਵੇਖ ਹੀ ਲਿਆ ਆਪਣੇ ਨੇ। ਹਾਂਜੀ ਹਾਂਜੀ ਸਾਰੇ ਆਪਣੇ ਪਲੇਅਰ ਆ, ਮੈਂ ਸਾਰਿਆਂ ਨੂੰ ਇਹਨਾਂ ਨਾਲ ਹੀ ਜਾਂਦਾ। ਜੀ ਜੀ ਮੈਂ ਗੁਰੂਗੜ੍ਹ ਚੰਦ ਕਬੱਡੀ ਕਲੱਬ ਚੋਟਾ ਸਾਹਿਬ ਜੀ ਜੀ ਸਾਰੀ ਟੀਮ ਅਸੀਂ ਪਹਿਲਾਂ ਸੁਖਮਨ ਵੀ ਖੇਡਦਾ ਸੀ ਅਤੇ ਉਦੋਂ ਮੈਂ ਨਾਲ ਜਾਂਦਾ ਨਾ, ਹੁਣ ਮੈਂ ਅਰਸ਼ ਦੇ ਨਾਲ ਸਾਰੇ ਆਪਣੇ ਬੱਚਿਆਂ ਕੋਲ ਸਾਰਿਆਂ ਨੂੰ ਪਿਆਰ ਕਰੀਦਾ, ਆਪਣੇ ਬੱਚਿਆਂ ਤੋਂ ਵੱਧ ਕਰੀਦਾ। ਜਿੰਨੇ ਪਲੇਅਰ ਆ ਜਿਹੜਾ ਪਲੇਅਰ ਆ ਉਹ ਪਲੇਅਰ ਸਮਝ ਕੇ ਕਰੀਦਾ ਵੀ ਆਪਣੇ ਬੱਚੇ ਆ ਬਹੁਤ। ਜੀ ਜੀ ਕੋਈ ਪੁਰਾਣੀ ਤੁਹਾਨੂੰ ਗੱਲ ਜਿਹੜੀ ਵਾਰ ਵਾਰ ਕਦੇ ਗਰਾਊਂਡਾਂ ਦੇ ਵਿੱਚ ਆ ਕੇ ਤੁਹਾਨੂੰ ਯਾਦ ਆਉਂਦੀ ਹੋਵੇ ਸੁਖਮਨ ਬਾਈ ਦੀ? ਬੜੀਆਂ ਹੈਗੀਆਂ, ਜ਼ਿਆਦਾ ਤਾਂ ਬਹੁਤ ਜਾ ਰਹੀਆਂ। ਜਿਸ ਤਰ੍ਹਾਂ ਉਹਨੇ ਉੱਥੇ ਪੱਧਰੀ ਉੱਥੇ ਆਪਣੇ ਮੈਚ ਹੋਇਆ ਸੀ ਅਤੇ ਉੱਥੇ ਉਹਨੇ ਜਿਹੜਾ ਜਾਫੀ ਉਹਨੂੰ ਜੰਗਲੇ ਦਾ ਮਾਰਿਆ ਚੁੱਕ ਕੇ। ਅੱਛਾ ਜੀ। ਬਹੁਤ ਵਧੀਆ ਉਹ ਵੀ, ਮੈਂ ਸਾਨੂੰ ਯਾਦ। ਬਾਕੀ ਹੋਰ ਵੀ ਬੜੀਆਂ ਛਾਲਾਂ ਮਾਰ ਜਾਂਦਾ ਜਿਸ ਤਰ੍ਹਾਂ ਸੁਖਮਨ ਭਾਜੀ। ਅਰਸ਼ ਵੀਰੇ ਤੁਹਾਨੂੰ ਵੀ ਕਦੇ ਤੁਸੀਂ ਆਪਸ ਦੇ ਵਿੱਚ ਵੀ ਭਾਜੀ ਤੁਸੀਂ ਆਪਸ ਦੇ ਵਿੱਚ ਵੀ ਟਕਰਾਅ ਦੇ ਵਿੱਚ ਮੈਚ ਖੇਡੇ ਹੋ ਜਿਵੇਂ ਬਿੱਟੂ ਤੇ ਲੱਖਾ ਖੇਡਾ ਸੀ ਵੀ ਮਤਲਬ ਵੀ ਕਿਹੜੀ ਹੁੰਦੀ ਦੋਵੇਂ ਭਰਾਵਾਂ ਦੇ ਬਿੰਨੇ ਕਿਹੜਾ ਜ਼ੋਰ ਹੁੰਦਾ ਭਰਾ ਵਾਲੀ ਗੱਲ? ਤਕਰੀਬਨ ਤੇ ਇਕੱਠੇ ਖੇਡੇ ਆ ਸਾਰੇ ਮੈਚ, ਜਿਵੇਂ ਬਾਹਰ ਵੀ ਤੇ ਇੰਡੀਆ ਵਿੱਚ। ਜਦੋਂ ਪਹਿਲੇ ਸਾਲ ਗਿਆ ਸੀ ਬਾਹਰ ਉਦੋਂ ਮੈਂ ਜਿਵੇਂ ਨਵਾਂ ਸੀ ਤੇ ਸਾਰੇ ਮੈਨੂੰ ਜਦੋਂ ਲੋਕ ਸਾਰੇ ਪ੍ਰਮੋਟਰਾਂ ਨੂੰ ਮੇਰੇ ਬਾਰੇ ਨਹੀਂ ਪਤਾ ਜਾਣਦੇ ਨਹੀਂ ਸੀ, ਉਦੋਂ ਅਸੀਂ ਦੋਵੇਂ ਅਲੱਗ ਅਲੱਗ ਟੀਮ 'ਚ ਖੇਡਿਆ। ਮੈਂ ਜਿਵੇਂ ਹਲਕੀ ਟੀਮ ਵਿੱਚ ਥੋੜ੍ਹੀ ਉੱਚ ਖੇਡਿਆ ਸੀ, ਸੁਖਮਨ ਦੀ ਟੀਮ ਖੇਡਦੇ ਸਾਰੇ ਸਾਰੇ ਪਲੇਅਰ ਲੜੀ ਖੇਡਿਆ। ਉਦੋਂ ਇੱਦਾਂ ਇੱਕ ਅੱਧੀ ਜਿਹੜੀ ਮੈਚ ਆਇਆ ਸੀ ਅਤੇ ਪਰ ਜਿਵੇਂ ਲੱਗੇ ਲੱਗੇ ਕਿ ਨਹੀਂ ਸੀ ਇੱਕ ਦੂਸਰੇ ਦੇ, ਅਤੇ ਬਾਕੀ ਉਸ ਤੋਂ ਬਾਅਦ ਤਕਰੀਬਨ ਇਕੱਠੇ ਸਾਰੇ ਮੈਚ।
ਕੋਈ ਤੁਹਾਡਾ ਉਹਨਾਂ ਦੇ ਨਾਲ ਕੋਈ ਤੁਸੀਂ ਤਾਂ ਇਕੱਠੇ ਰਹੇ ਹੋ ਤੁਸੀਂ ਜੰਮੇ ਪਲੇ ਹੋ ਇਕੱਠੇ ਕੋਈ ਮੂਵਮੈਂਟ ਹੋਵੇ ਜਿਹੜੀ ਵੀ ਤੁਹਾਨੂੰ ਅੱਜ ਵੀ ਯਾਦ ਕਰਦੀ ਜਿਹੜੀ ਮਤਲਬ ਵੀ ਕਿਸੇ ਨੂੰ ਸੇਧ ਦਿੰਦੀ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਹਾਸੇ ਖੇਡੇ ਵਾਲੀ ਗੱਲ ਕੋਈ ਯਾਦਾਂ ਕਾਫੀ ਆ ਜਿਵੇਂ ਅਤੇ ਜ਼ਿਆਦਾਤਰ ਜਿਹੜਾ ਆਪਣਾ ਕੰਡਾਲਾ ਜੱਟਾਂ ਮੈਚ ਹੋਇਆ ਜਿਹੜਾ ਲਾਸਟ ਜੋ ਸੋਮਣਾ ਦੇ ਸੱਟ ਲੱਗੀ ਮੇਰੇ ਨਾਲ ਗਿਆ ਸੀ ਅੱਛਾ ਜੀ ਉਸ ਤੋਂ ਬਾਅਦ ਉਹਦੀ ਜਿਵੇਂ ਡੈਥ ਹੋਈ ਹੁੰਦੀ ਆ ਉਸ ਤੋਂ ਬਾਅਦ ਜਿਵੇਂ ਉਦੋਂ ਜੇ ਬਹੁਤ ਪਿਆਰ ਬਣਾਇਆ ਸੀ ਸਾਰਿਆਂ ਨਾਲ ਉਹਨੇ ਮੈਨੂੰ ਬਹੁਤ ਹੱਲਾ ਸ਼ੁਰੂ ਦਿੰਦਾ ਗਰਾਊਂਡ 'ਚ ਪਹਿਲਾਂ ਉਸ ਤੋਂ ਪਹਿਲਾਂ ਇੰਨਾ ਨਹੀਂ ਕਰਦਾ ਜਿੱਦਾਂ ਉਹਨੇ ਉੱਦਣ ਉੱਥੇ ਮੈਚ ਜਿੱਤਾ ਕੰਡਾਲਾ ਜੱਟਾਂ ਅਤੇ ਉਹ ਉਹਦੀਆਂ ਚੀਜ਼ਾਂ ਬਾਕੀ ਜਿਵੇਂ ਇਕੱਠੇ ਖੇਡਦੇ ਦੋਵੇਂ ਜਾਣੇ ਬੜਾ ਹੌਸਲਾ ਹੁੰਦਾ ਸੀ ਨਾਲ ਟੀਮ ਦੇ ਲੀਡਰਾਂ ਦੀ ਟੈਨਸ਼ਨ ਨਹੀਂ ਹੁੰਦੀ ਜੀ ਕੋਈ ਵੱਧ ਘੱਟ ਹੋਈ ਅਤੇ ਬੜੀਆਂ ਯਾਦਾਂ ਬਾਕੀ ਹੋਰ ਅਤੇ ਉਹ ਟਾਈਮ ਨੂੰ ਮਿਸ ਕਰੀਦਾ ਬਹੁਤ ਜ਼ਿਆਦਾ ਹਾਂਜੀ ਹਾਂਜੀ ਅਤੇ ਲਾਸਟ ਮੈਚ ਅੰਕਲ ਜੀ ਤੋਂ ਕਿੱਥੇ ਖੇਡੇ ਨੇ ਭਾਅ ਜੀ ਲਾਸਟ ਮੈਚ ਕਿਹੜੇ ਟੂਰਨਾਮੈਂਟ 'ਤੇ ਖੇਡੇ ਨੇ ਅਤੇ ਲਾਸਟ ਟੱਚ ਤੁਹਾਨੂੰ ਯਾਦ ਹੈ ਵੀ ਕਿਹੜੇ ਬੰਦੇ ਨੂੰ ਟੱਚ ਡੱਲ ਹੀ ਅਵਾਰ ਲੱਗੇ ਅੱਛਾ ਜੀ ਉਹਦੇ ਉਦੋਂ ਆਪਣੇ ਡੀਜੀ ਤੋਤਾ ਸਿੰਘ ਵਾਲਿਆਂ ਦੇ ਨਾਲ ਮੈਚ ਸੀ ਹਾਂਜੀ ਉੱਥੇ ਉਹਦੇ ਜੱਟੇ ਦੇ ਸੱਟ ਲੱਗ ਗਈ ਕੈਂਚੀ ਵੱਜ ਗਈ ਗਲਤ ਤੋਂ ਕੈਂਚੀ ਵੱਜ ਗਈ ਅਤੇ ਉਦੋਂ ਸੱਟ ਲੱਗ ਗਈ ਉਹ ਲਾਸਟ ਮੁੜ ਕੇ ਅਤੇ ਬਾਅਦ 'ਚ ਜਦੋਂ ਮੁੜ ਕੇ ਟੈਰੋ ਖੇਡਣਾ ਹੈ ਅਤੇ ਉਦੋਂ ਪਹਿਲਾਂ ਡੈਥ ਹੋ ਗਈ ਉਹ ਮੈਂ ਪਹਿਲਾ ਪਲੇਅਰ ਵੇਖਿਆ ਦੂਸਰਾ ਪਰ ਜੇ ਗਜੀਤੂ ਦੀ ਜਦੋਂ ਇੱਕ ਵਾਰੀ ਉਂਗਲ ਟੁੱਟੀ ਸੀ ਉਹ ਬੂਟ ਪਾ ਕੇ ਖੇਡਿਆ ਸੀ ਅਤੇ ਜਦੋਂ ਮੈਂ ਇਹਨੂੰ ਵੇਖਿਆ ਇੱਕ ਮੈਚ ਭਾਅ ਜੀ ਨਾ ਅਰਸ਼ ਵੀਰੇ ਲੰਗੜਾ ਰਿਹਾ ਅਤੇ ਫਿਰ ਵੀ ਰੇਡਾਂ ਪਾ ਰਿਹਾ ਮਤਲਬ ਪਿਆਰ ਦੇ ਕਰਕੇ ਹਾਂਜੀ ਹਾਂਜੀ ਅਤੇ ਸੋ ਉਹਦਾ ਘਾਟਾ ਤਾਂ ਆਪਾਂ ਨਹੀਂ ਪੂਰਾ ਕਰ ਸਕਦੇ ਜੀ ਬਹੁਤ ਜ਼ਿਆਦਾ ਪਿਆਰ ਆ ਸਾਡਾ ਫੈਮਿਲੀ ਦਾ ਪਿਆਰ ਹਾਂਜੀ ਹਾਂਜੀ ਜਦੋਂ ਮਰੀਜ਼ ਅਜੇ ਮਾੜਾ ਮਾੜਾ ਆਉਂਦਾ ਹੁੰਦਾ ਮਾਝੇ 'ਚ ਹੀ ਲੈਂਦਾ ਮਰੀਜ਼ ਅੱਛਾ ਜੀ ਮਾਝੇ ਨੂੰ ਮਰੀਜ਼ ਨੂੰ ਜਿਹੜਾ ਲਿਆਇਆ ਮਾਝੇ 'ਚ ਹੀ ਲੈਂਦਾ ਇਹ ਸਾਡੇ 'ਤੇ ਆਉਣਾ ਮੁੜਕਿਆਂ ਨਾਲ ਚਾਹ ਪਾਣੀ ਇਕੱਠਿਆ ਪੀਣੀ ਫਿਰ ਇਹਨਾਂ ਗਰਾਊਂਡ 'ਤੇ ਜਾਣਾ ਸਾਰਾ ਕੋਈ ਮਰੀਜ਼ ਦੇ ਉਹਨੂੰ ਅਸੀਂ ਲੈਂਦਾ ਹੁਣ ਤਾਂਹੀਓ ਮਰੀਜ਼ ਜੋ ਵੀ ਆ ਪਹਿਲਾਂ ਮਾਝੇ ਤੱਕ ਮਾਝੇ 'ਚ ਆਉਂਦਾ ਮੈਂ ਮਾਝੇ ਨੂੰ ਪਹਿਲ ਦਿੰਦਾ ਅਤੇ ਮੈਨੂੰ ਮਾਝੇ 'ਤੇ ਕਰਕੇ ਮੈਂ ਇੱਥੋਂ ਤੱਕ ਪਹੁੰਚਿਆ ਮਤਲਬ ਵੀ ਸੁਖਮਨ ਬਾਈ ਨਾਲ ਇਹਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਿਆਰ ਸੀ ਅਤੇ ਬਾਕੀ ਸੁਖਮਨ ਵਧਾਉਣਾ ਜਾਣਾ ਇਹਨੇ ਸੁਖਮਨ ਹਰ ਇੱਕ ਗੱਲ ਫੋਨ 'ਤੇ ਸੁਖਮਨ ਇਹਦੇ ਨਾਲ ਕਰ ਦਿੰਦਾ ਸੀ ਅਤੇ ਮਰੀਜ਼ ਅੱਜ ਇੱਦਾਂ ਵਾ ਫਲਾਣਾ ਦਾ ਜਿੱਦਣ ਉਹਦੀ ਹੁੰਦੀ ਡੈਥ ਹੁੰਦੀ ਉਹਦੇ ਨਹੀਂ ਮਰੀਜ਼ ਦੇ ਨਾਲ ਹੀ ਗੱਲ ਹੋਈ ਅੱਛਾ ਜੀ ਹਾਂਜੀ ਹਾਂਜੀ ਮਰੀਜ਼ ਨੂੰ ਪਤਾ ਸਾਰਾ ਕੁਝ ਮਰੀਜ਼ ਨਾਲ ਬਾਕੀ ਹੁਣ ਆਪਾਂ ਗੱਲਾਂ ਪੁੱਛਾਂਗੇ ਮਰੀਜ਼ ਬਾਈ ਤੋਂ ਕਾਰ 'ਚ ਜਾਂਦੇ ਹੋਏ ਸਭ ਤੋਂ ਫੋਟੋ ਹਾਂਜੀ ਠੀਕ ਬਹੁਤ ਥੈਂਕ ਯੂ ਕਰੇ ਸਪੀਡ 'ਤੇ ਭਜਾਈ ਫਿਰਦਾ ਭਰਾਵਾ ਸਲੋ ਕਰ ਲਾ ਹੌਲੀ ਚੱਲ ਕਿੰਨੇ ਕਿੰਨੇ ਦੇ ਅੱਛਾ ਠੀਕ ਠੀਕ ਚਮਕੌਰ ਫਿਰ ਪੱਕੀ ਯਾਰੀ ਹੈ ਤੁਹਾਡੀ ਫਿਰ ਹੈ ਪੂਰੀ ਖਾਸੀਅਤ ਤੇ ਫਿਰ ਐਸ ਪਹਿਲਾਂ ਅੱਜ ਅੱਜ ਲੇਟ ਬਹੁਤ ਹੋ ਗਏ ਤੁਸੀਂ ਮੈਨੂੰ ਲੱਗਦਾ ਨਾ ਨਾ ਅੱਜ ਤਾਂ ਬਾਹਲਾ ਸਦੇਹਾਂ ਚੱਲੇ ਹਾਂ ਅੱਜ ਤਾਂ ਬਾਹਲਾ ਟਾਈਮ ਨਾਲ ਚੱਲ ਹਜੇ ਤਾਂ ਟਾਈਮ ਹੀ ਕੁਛ ਨਹੀਂ ਹੋਇਆ 8:30 ਹੋਏ ਅਜੇ ਅੱਛਾ ਆਪਾਂ 1:30 ਦਾ 1:30 ਵਜੇ ਰਾਤ ਹੀ ਆਏ ਹਾਂ ਹਾਂਜੀ ਹਾਂਜੀ ਰਾਤ 1:30 ਵਜੇ ਆਏ ਆਪਾਂ ਹਾਂ ਅੱਛਾ ਤਿੰਨ ਤਿੰਨ ਵੱਜ ਜਾਂਦੇ ਆਪਾਂ ਨੂੰ ਕਈ ਵਾਰੀ 3 ਵਜੇ 2:30 ਵਜੇ 3 ਇਹ ਵੀ ਫਿਰ ਜੱਟਾਂ ਵਾਲੀ ਵਾਹੀ ਵਾਲੀ ਗੱਲ ਹੀ ਆ ਨਾ ਰਾਤ ਨੂੰ ਉੱਠ ਕੇ ਪਾਣੀ ਦੀ ਵਾਰੀ ਲਾਉਣ ਵਾਲੀ ਗੱਲ ਹੀ ਆ 3 ਵਜੇ ਸਵੇਰ ਰੋਟੀ ਖਾਈਦੀ ਆ ਰਾਤ ਵਾਲੀ ਹੈ ਅੱਛਾ ਸੁਖਮਨ ਦੇ ਡੈਡੀ ਨਾਲ ਮੇਰੀ ਅੱਜ ਗੱਲ ਹੋਈ ਸੀ ਮੈਂ ਕਰ ਰਿਹਾ ਸੀ ਉਹਨਾਂ ਨਾਲ ਗੱਲਬਾਤ ਉਹ ਕਹਿੰਦੇ ਵੀ ਜਿਹੜੀ ਸੁਖਮਨ ਦੀ ਆਖਰੀ ਜਿਹੜੀ ਕਾਲ ਹੈ ਉਹ ਕਹਿੰਦੇ ਵੀ ਅਮਰੀਕ ਨਾਲ ਗੱਲ ਹੋਈ ਸੀ ਅਤੇ ਉਹ ਗੱਲਾਂ ਕੀ ਸੀ ਤੁਸੀਂ ਤੁਹਾਨੂੰ ਮਾੜਾ ਮੋਟਾ ਜਿਹਾ ਮਤਲਬ ਪੂਰਾ ਸੱਚ ਇੱਦਾਂ ਹੋਇਆ ਮੈਂ ਟੂਰਨਾਮੈਂਟ 'ਤੇ ਸੀਗਾ ਆਪਣੇ 16 ਨਵੰਬਰ ਸੀ ਸਰਾਭੇ ਟੂਰਨਾਮੈਂਟ ਹੁੰਦਾ ਆਪਣੇ ਹੈ ਨਾ ਅੱਛਾ ਕਰਤਾਰ ਸਿੰਘ ਸਰਾਭਾ ਕਰਤਾਰ ਸਿੰਘ ਸਰਾਭਾ ਅੱਛਾ ਹਾਂਜੀ ਹਾਂਜੀ ਹੈ ਨਾ ਸਿਰ ਝੁਕਦਾ ਹਮੇਸ਼ਾ ਹੀ ਉਹਨਾਂ ਅੱਗੇ ਉੱਥੇ ਨਾ ਨਵੰਬਰ ਦੇ ਵਿੱਚ ਟੂਰਨਾਮੈਂਟ 16 ਤਰੀਕ ਸੀਗੀ ਅਤੇ ਜਦੋਂ ਇਹ ਅਰਸ਼ ਉੱਥੇ ਬੈਫਟ ਸੀਗਾ ਅਰਸ਼ ਉੱਥੇ ਬੈਫਟ ਸੀਗਾ ਹਾਂ ਦੋਵਾਂ ਭਾਈਆਂ ਦਾ ਪਿਆਰ ਆਪਸ ਮੇਂ ਘਰੇ ਵੀ ਬਹੁਤ ਸੀ ਮੰਮੀ ਪਾਪਾ ਦਾ ਬਹੁਤ ਪਿਆਰ ਸੀਗਾ ਹੈ ਨਾ ਉਹ ਆਪਣੇ ਜਦੋਂ ਮੱਝ ਹੈ ਨਾ ਮੱਝ ਸੁਣੀ ਬੋਲਾ ਹੁੰਦਾ ਨਾ ਆਪਣੇ ਹੈ ਨਾ ਉਹਨਾਂ ਕਿਤੇ ਜਦੋਂ ਬੋਲਾ ਸੀਗਾ ਅਤੇ ਉਹ ਕਿਤੇ ਹੁੰਦਾ ਵੀ ਚੱਲ ਵੀ ਗਲਾਸ ਉਹ ਵੱਧ ਪੀ ਗਿਆ ਉਹ ਘੱਟ ਪੀ ਗਿਆ ਇੱਦਾਂ ਜਿੱਦਾਂ ਹਾਸੇ ਖੇਡੇ ਜਾਣਾ ਅਤੇ ਕਿਤੇ ਨਾ ਕਿਤੇ ਅਰਸ਼ ਨੇ ਅਰਸ਼ ਪੀ ਕੇ ਬੋਲਾ ਬੂਲਾ ਉਹਦਾ ਗਰੜਾ ਕਰਕੇ ਕੰਮ ਆਇਆ ਸੀ ਉੱਥੇ ਹੈ ਨਾ ਅਤੇ ਇਹਨਾਂ ਕਿਤੇ ਘਰੇ ਵੀ ਦੋਵਾਂ ਭਰਾਵਾਂ ਦੇ ਵਿੱਚ ਹਾਸਾ ਖੇਡਾ ਹੁੰਦਾ ਰਹਿੰਦਾ ਹੁੰਦਾ ਹੈ ਨਾ 19-21 ਜਿੱਦਾਂ ਵਾਸਤੇ ਖੇਡਦੇ ਨੇ ਭਰਾ ਹੈ ਨਾ ਅਤੇ ਉਹਨੇ ਨਾ ਮੈਨੂੰ ਦੂਜਿਆਂ ਦੀ ਸੁਖਮਨ ਨੇ ਫੋਨ ਕੀਤਾ ਉਦੋਂ ਤਾਂ ਇਹਨੂੰ ਪਹਿਲਾਂ ਇਹਨੂੰ ਫੋਨ ਕੀਤਾ ਹੁਣ ਅਰਸ਼ ਨੂੰ ਉਹਦਾ ਕੀਤਾ ਹੋਵੇ ਪਰ ਮੈਂ ਫ੍ਰੀ ਸੀਗਾ ਮੈਂ ਫਟਾਫਟ ਮੈਚ ਬੋਲ ਕਰਕੇ ਮੈਂ ਗੱਡੀ 'ਚ ਬਹਿ ਗਿਆ ਮੈਨੂੰ ਫੋਨ ਕੀਤਾ ਅਤੇ ਬਾਅਦ 'ਚ ਮੈਨੂੰ ਵੀਡੀਓ ਕਾਲ ਲਾਈ ਇਹਨੇ ਕਹਿੰਦਾ ਕਿੱਦਾਂ ਅਮਰੀਕ ਮੈਂ ਕਿਹਾ ਠੀਕ ਹੈ ਬਹੁਤ ਵਧੀਆ ਕਹਿੰਦਾ ਆਪਣੇ ਵੱਲ ਨੂੰ ਕਹਿੰਦਾ ਵਧਾਈਆਂ ਦੇ ਦੀ ਜਿੱਦਾਂ ਉਹ ਬੋਲਦਾ ਹੁੰਦਾ ਸੀਗਾ ਮੈਂ ਤਾਂ ਥੋੜ੍ਹਾ ਛੇਤੀ ਬੋਲ ਗਿਆ ਬਾਹਲੇ ਪਿਆਰ ਨਾਲ ਬੋਲਦਾ ਹੁੰਦਾ ਸੀਗਾ ਇਹਨੂੰ ਵਧਾਈਆਂ ਦੇ ਦੀ ਆਪਣੇ ਵਾਲੇ ਨੂੰ ਜਿਵੇਂ ਬੋਲਦਾ ਹੁੰਦਾ ਪਿਆਰ ਜੀ ਨਾਲ ਹੈ ਨਾ ਅਤੇ ਮੈਂ ਦੂਜੇ ਮੈਂ ਕਿਹਾ ਠੀਕ ਹੈ ਬਾਈ ਕੋਈ ਗੱਲ ਨਹੀਂ ਮੈਂ ਕਿਹਾ ਸਿੱਧਾ ਠੀਕ ਹੈ ਕਹਿੰਦਾ ਹਾਂ ਫਿੱਟ ਆ ਅਤੇ ਪਰ ਵੀ ਮੈਂ ਕਹਿੰਦਾ ਵੀ ਉਹ ਮੇਰੀ ਜ਼ਿੰਦਗੀ ਦਾ ਕੋਈ ਇੱਦਾਂ ਦਾ ਦਿਨ ਸੀਗਾ ਵੀ ਨਾ ਆਵੇ ਕਿਸੇ ਵੀ ਲਾਈਫ ਦੇ ਵਿੱਚ ਇੱਦਾਂ ਦਾ ਦਿਨ ਪਰ ਉਹ ਜੋ ਘਾਟਾ ਉਹਦੇ ਪਾ ਗਿਆ ਉਹ ਪਾ ਗਿਆ ਅੱਛਾ ਜੀ ਉਹਦੇ 'ਚ ਸੀਗੀ ਕਬੱਡੀ ਅਜੇ ਹੋਰ ਉਹਨੇ 10-12 ਸਾਲ ਕਬੱਡੀ ਸੀ ਉਹਦੇ 'ਚ ਜਿਵੇਂ ਉਹ 27-27 ਸਾਲ ਦੀ ਉਮਰ 'ਚ ਜਾਂਦਾ ਜਿਵੇਂ ਉਹ ਜਰਵਾਣਾ ਸੀਗਾ ਹੈ ਨਾ ਉਸ ਤਰੀਕੇ ਦਾ ਇੱਦਾਂ ਸਹਿਜੀ ਉਹਦਾ ਜਨਵਰੀ 18 ਦਾ ਜਨਮ ਆ ਉਹਦਾ 1991 ਦਾ ਹਾਂ 9 ਅਤੇ
दुनिया तो चला जाना जो तो अज भी मैं कोई गल चेते आज मन भर आ वा ठीक है जिंदगी चली जानी आ पर जिवें कहिंदे हुंदे कि मन्ने बगैर तेरे जिंदगी गुजर जाऊ तू जे हुंदा ते गल होर होनी सी जे उह हुंदा ते गल्लां होर ही होनियां सी ते कोई तुहाडी तुसीं पहले कित्थे मिले सी उहनूं मतलब उहनूं बाई नूं पहली वारी मैनूं पक्का याद नहीं गा पहली वारी चोला साहब ही मिले होवांगे हाँ जो पहली वारी मैनूं उहने बोलदे ने मैनूं इन्ना याद आ वी हुण चोला साहब ही सी चोला साहब ही सी इह इंग्लैंड तों आया सी खेड के अच्छा हाँ दुनिया रोंदी आ मैं तुहानूं गल दसनी चाहुंदा कि इधर दे सीगे अपने भाई साहब सी इधर दे अपने माझा साइड दे ओह इन्ना क सुखमन नूं प्यार करदे सीगे सुखमन दे पहलां सट भज गई सीगी ते उन्होंने सुखिया सीगा वी मैं हरिमंदर साहब तुर के जावांगा ओह बंदे ने ब्याह नहीं कराया सीगा इन्ना क सुखमन दी खेड दा कायल सीगा ओह बंदा जिहनूं सुखमन चला गया दुनिया तों ओह बंदा पिंड छड्ड के हजूर साहब रहण लग पिया अच्छा हां देखो इन्ना तुर जाण तों बाद वी दुनिया दा देखो वी इधर उत्ते की है कुछ नहीं हो सकदा बिल्कुल